ਬਹੁਤ ਬਹੁਤ ਧੰਨਵਾਦ ਜਥੇਦਾਰ ਕਰਨਜੀਤ ਸਿੰਘ ਨਿਮਾਨਾ ਜੀ ਤੇ ਸੰਗਤ ਜੀ ਹੁਣ ਮੇਰੇ ਨਾਲ ਨੌਜਵਾਨ ਸਾਥੀ ਸਰਪੰਚ ਰਾਜ ਬਲਵਿੰਦਰ ਸਿੰਘ ਜੀ ਸਹੂਂਗੜਾ ਉਹ ਮੇਰੇ ਨਾਲ ਸਟੇਜ ਦੀ ਸੇਵਾ ਨਿਭਾਉਣਗੇ ਕੁਝ ਅਨਾਉਂਸਮੈਂਟ ਆ ਉਹ ਕਰਨ ਜਾ ਰਹੇ ਨੇ ਜੀ ਧੰਨਵਾਦ ਜੀ ਰਾਜ ਬਲਵਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਇਸ ਕਚਾਨੀ ਮੋਰਚੇ ਨੂੰ ਦੇਖਦਿਆਂ ਹੋਇਆਂ ਕਿਸੇ ਲੇਖਕ ਦੀ ਮੈਨੂੰ ਗੱਲ ਯਾਦ ਆ ਰਹੀ ਹੈ ਕਿ ਕਿਸੇ ਲੇਖਕ ਨੇ ਕਿਹਾ ਕਿ ਅਸੀਂ ਵੀ ਦਰਿਆਹਾ ਸਾਨੂੰ ਆਪਣੇ ਹੁਨਰ ਦਾ ਪਤਾ ਹੈ ਅਸੀਂ ਵੀ ਦਰਿਆਹਾ ਸਾਨੂੰ ਆਪਣੇ ਹੁਨਰ ਦਾ ਪਤਾ ਹੈ ਜਿੱਧਰ ਚੱਲ ਪੈਂ ਰਸਤਾ ਬਣ ਜਾਵੇਗਾ ਸੋ ਕਿਸਾਨੀ ਸੰਯੁਕਤ ਕਿਸਾਨ ਮੋਰਚੇ ਦੇ ਇਸ ਹੁਨਰ ਨੂੰ ਦੇਖਦਿਆਂ ਹੋਇਆਂ ਇੱਥੋਂ ਦੇ ਸਿਸਟਮ ਨੂੰ ਦੇਖਦਿਆਂ ਹੋਇਆਂ ਬੜਾ ਹੀ ਇਹ ਮਾਣ ਮਹਿਸੂਸ ਹੋ ਰਿਹਾ ਹੈ ਤੇ ਉਹ ਸਮਾਂ ਦੂਰ ਨਹੀਂ ਹੈ ਜਿਸ ਦਿਨ ਇਹ ਤਿੰਨੋਂ ਆਰਡੀਨੈਂਸ ਬਿਲ ਸਰਕਾਰ ਦੇਖੇ ਵਾਪਸ ਲਾਏਗੀ ਸੋ ਮੈਂ ਇਸ ਮੰਚ ਤੇ ਵਿੱਚ ਨਾ ਨਾ ਕੁਝ ਸਾਡੇ ਸਾਥੀ ਸਤਿਗੁਰੂ ਦਾਸ ਧਰਮ ਜੋ ਕਿ ਪੰਜਾਬ ਦੇ ਵੱਲੋਂ ਸਾਡੇ ਕੁਝ ਪ੍ਰਧਾਨ ਤੇ ਮੀਤ ਪ੍ਰਧਾਨ ਸਾਹਿਬ ਜਿੰਨੇ ਵੀ ਨਾਮ ਹਨ ਉਹ ਤੁਹਾਡੇ ਸਾਹਮਣੇ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਸਰਦਾਰ ਸਜੋਤ ਪ੍ਰਧਾਨ ਜਸਵੀਰ ਸਿੰਘ ਸ਼੍ਰੀ ਪ੍ਰਧਾਨ ਸਾਹਿਬ ਜਤਿੰਦਰ ਸਿੰਘ ਜਿੰਦੀ ਸੀਨੀਅਰ ਮੀਤ ਪ੍ਰਧਾਨ ਸੋਮਨਾਥ ਹੀਰ ਚੇਅਰਮੈਨ ਸਾਹਿਬ ਬਲਵਿੰਦਰ ਸਿੰਘ ਬਿੱਟਾ ਸਕੱਤਰ 인ਦਰਜੀਤ ਸਲਾਹਕਾਰ ਔਂਕਰ ਸਿੱਧੜਜੀਤ ਮੈਂਬਰ ਗੁਰਪ੍ਰੀਤ ਸਿੰਘ ਕਟਾਰੀਆ ਮੈਂਬਰ ਸਾਹਿਬਾਨ ਲਾਡੀ ਸਿੰਧਾਵਾ ਸਤਗੁਰਬਦਾਸ ਨਾਮ ਲੇਵਾ ਸੰਗਤ ਪਿੰਡ ਮਾਨਕਵਾਲ ਜਿਨ੍ਹਾਂ ਦਾ ਕੇ ਸੰਗਠਨ ਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਸ਼੍ਰੀ ਗੁਰਬਦਾਸ ਫੈਡਰੇਸ਼ਨ ਲੁਧਿਆਣਾ ਸ਼੍ਰੀ ਗੁਰਪ੍ਰੀਤ ਦਾਸ ਦਰਬਾਰ ਬੈਰਗਾਮੋ ਇਟਲੀ ਦੇ ਵਿੱਚ ਵਾਲੀਆਂ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਇਹ ਸੰਗਠਨ ਨੂੰ ਇਸ ਅੰਦੋਲਨ ਨੂੰ ਬਹੁਤ ਹੀ ਜ਼ਰਾ ਸਹਿਯੋਗ ਹੈ ਡਾਕਟਰ ਕੁਲਦੀਪ ਸਿੰਘ ਵਿੰਦਰ ਜੀ ਰਾਜੀਵ ਸੁਹੰਗੜਾ ਜੀ ਚੰਨੀ ਕਲੇਰ ਜੀ ਵਿੱਕੀ ਰਤੂ ਜੀ ਸਟੀਫਨ ਪਾਲ ਸੋਨੋ ਹੀਰ ਲਾਵ ਸਿੰਘ ਭਾਮੀਆਂ ਵਿਜੇ ਕੁਮਾਰ ਅਰਜਨਗਰ ਬਲਵਿੰਦਰ ਚੋਪੜਾ ਜੀ ਕੁਲਵਿੰਦਰ ਸਿੰਘ ਮਕੇਸ਼ ਕੁਲਾਮ ਤੋਂ ਮਾਸਟਰ ਰਮਾਨੰਦ ਜੀ ਆਰਾਮ ਆਰਾਮ ਸਿੰਘ ਡਾਕਟਰ ਐਨ ਆਰ ਆਈ ਮੋਰੀਆ ਜੀ ਸੋ ਜਿੰਨੇ ਵੀ ਮੈਂਬਰ ਸਹਿਬਾਨ ਇਹਨਾਂ ਦਾ ਇੱਥੇ ਆਉਣ ਦਾ ਬਹੁਤ ਧੰਨਵਾਦ ਕਰਦੇ ਆਂ ਮੰਚ ਨੂੰ ਚਾਲੂ ਆਪਾਂ ਕਰਦੇ ਆਂ ਜੀ ਆਪਣੇ ਅੰਗਲੇ ਬੁਲਾਰੇ ਹਨ ਜੋ ਕਿ ਇੱਕ ਕ੍ਰਾਂਤੀਕਾਰੀ ਗਾਇਕ ਵੀ ਹਨ ਤਰਮਿੰਦਰ ਮਸਾਣੀ ਜੀ ਨੂੰ ਮੈਂ ਬੇਨਤੀ ਕਰਾਂ ਕਿ ਉਹ ਮੰਚ ਤੇ ਆਣ ਤੇ ਉਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਬਿਕਰ ਸਿੰਘ ਨੰਤ ਜੀ ਨੂੰ ਉਹ ਵੀ ਇਸ ਤੋਂ ਬਾਅਦ ਆ ਰਹਿਣ ਜੀ ਤਰਮਿੰਦਰ ਮਸਾਣੀ ਕ੍ਰਾਂਤੀਕਾਰੀ ਗਾਇਕ ਜੀ ਹਲੋ ਮਹਾਨ ਕ੍ਰਾਂਤੀਕਾਰੀ ਚਿੰਤਕ ਬੁੱਧੀਜੀਵੀ ਫਿਲਾਸਫਰ ਸੱਚੇ ਬਾਦਸ਼ਾਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹੋਰਾਂ ਦੇ ਅੱਜ ਜਨਮ ਦਿਹਾੜੇ ਤੇ ਸਾਧ ਸੰਗਤ ਦੀ ਤੁਸੀਂ ਜਿੰਨੇ ਵੀ ਇੱਥੇ ਮਾਈ ਭਾਈ ਬਜ਼ੁਰਗ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਇੰਭਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੋਸਤੋ ਮੈਂ ਬਹੁਤ ਸੀਮਤ ਸਮੇਂ ਦੇ ਵਿੱਚ ਆਪਣੀ ਗੱਲ ਗੱਲ ਪੇਸ਼ ਕਰਨੀ ਚਾਹਾਂਗਾ ਇਹ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਨੇ ਇਹ ਸਾਡੇ ਦਾਦਿਆਂ ਪਰਦਾਦਿਆਂ ਤੇ ਵੀ ਕੀਤੇ ਸੀ ਅੱਜ ਤੋਂ 4-500 ਸਾਲ ਪਹਿਲਾਂ ਦੁੱਲਾ ਪੱਟੀ ਤੇ ਸੰਦਲ ਪੱਟੀ ਹੋਏ ਸਨ ਉਦੋਂ ਵੀ ਇਹੀ ਕਾਲੇ ਕਾਨੂੰਨ ਸਾਡੇ ਤੇ ਲਾਗੂ ਕੀਤੇ ਸੀ ਸਾਡੇ ਦਾਦਿਆਂ ਪਰਦਾਦਿਆਂ ਤੇ ਔਰ ਜੇ ਇਸ ਮਹਾਨ ਰਹਿਬਰ ਦੀ ਯਾਦ ਦੇ ਵਿੱਚ ਆਪਾਂ ਅੱਜ ਇਹ ਸਮਾਗਮ ਕਰ ਰਹੇ ਆ। ਇਹੀ ਕਾਲੇ ਕਾਨੂੰਨ ਉਹਨਾਂ ਤੇ ਵੀ ਲਾਗੂ ਕੀਤੇ ਸੀ। ਔਰ ਅੱਜ ਸਤਗੁਰ ਰਵਦਾਸ ਧਰਮ ਸਮਾਜ ਦੇ ਵੱਲੋਂ ਮੈਂ ਐਲਾਨ ਕਰਨਾ ਚਾਹਾਂਗਾ ਸਮੁੱਚੀ ਟੀਮ ਵੱਲੋਂ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਸਾਡੇ ਸਮਾਜ ਤੇ ਵੀ ਇਹ ਕਾਲਾ ਕਾਨੂੰਨ ਪਾਸ ਕੀਤਾ ਸੀ ਤੇ ਫਾਸ਼ੀਵਾਦੀ ਹਕੂਮਤਾਂ ਦੇ ਗਲ ਦੇ ਵਿੱਚ ਗੂਠਾ ਦੇ ਕੇ ਦੋ ਦਿਨਾਂ ਦੇ ਵਿੱਚ ਰੱਦ ਕਰਵਾ ਦਿੱਤਾ ਸੀ। ਔਰ ਅੱਜ ਅਸੀਂ ਸਤਗੁਰ ਰਵਦਾਸ ਧਰਮ ਸਮਾਜ ਵੱਲੋਂ ਵਾਅਦਾ ਕਰਦੇ ਆਂ ਦੋਸਤੋ ਕਿ ਮਰਦੇ ਦਮ ਤੱਕ ਅਸੀਂ ਤੁਹਾਡੇ ਨਾਲ ਆਂ ਪੰਜਾਬ ਦਾ ਯੂਥ ਤੁਹਾਡੇ ਨਾਲ ਆ ਲੜਾਂਗੇ ਜਿੱਤਾਂਗੇ ਜਾਂ ਮਰਾਂਗੇ ਤਿੰਨ ਚੀਜ਼ਾਂ ਐ ਜਿੱਤਾਂਗੇ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਆਓ ਉਸ ਰਹਿਬਰ ਦੇ ਇਤਿਹਾਸ ਬਾਰੇ ਦੋ ਚੰਦ ਗੱਲਾਂ ਕਰਾਂਗਾ ਤੇ ਚੰਦ ਗੱਲਾਂ ਅੱਜ ਇਸ ਅੰਦੋਲਨਾਰੇ ਜੋਹਰਾ ਉੱਤੇ ਨਿਰਪਰ ਹੈ ਨਿਰਪਰ ਹੋਣਾ ਕਮਜ਼ੋਰੀ ਹੈ ਨਹੀਂ ਕਿਸੇ ਦਾ ਢੂਹਾ ਪਨ ਸਕਦੀ ਜੋ ਲਾਠੀ ਨਹੀਂ ਡੰਗੋਰੀ ਹੈ ਬੰਦੇ ਨੂੰ ਕਾਣਾ ਕਰਦੀ ਹੈ ਇਹ ਨਿਰਪਰਤਾ ਕਮਜ਼ੋਰੀ ਹੈ ਨਹੀਂ ਕਿਸੇ ਦਾ ਢੂਹਾ ਪਨ ਸਕਦੀ ਜੋ ਲਾਠੀ ਨਹੀਂ ਡੰਗੋਰੀ ਹੈ ਰਵਿਦਾਸ ਨੇ ਆਪਣੇ ਪੈਰਾਂ ਦੇ ਉੱਤੇ ਹੀ ਖੜਨਾ ਦੱਸਿਆ ਆਪਣੇ ਬਲ ਹਿੱਤੇ ਹੀ ਸਹਿਜਲ ਹੱਕਾਂ ਲਈ ਲੜਨਾ ਦੱਸਿਆ ਬੇਗਮਪੁਰੇ ਦਾ ਹੋਕੇ ਦੇ ਕੇ ਹੱਕ ਦਾ ਨਾਰਾ ਮਾਰਨਗੇ ਬੇਗਮਪੁਰੇ ਦਾ ਹੋਕੇ ਦੇ ਕੇ ਹੱਕ ਦਾ ਨਾਰਾ ਮਾਰਨਗੇ ਕਾਲੇ ਕਾਨੂੰਨਾਂ ਵਾਲਾ ਵਰਕ ਹਰ ਹਾਲਤ ਹੀ ਪਾੜਨਗੇ ਪਿੱਛੇ ਪੈਰ ਨਹੀਂ ਪੁੱਟਣਾ ਹੁਣ ਇਹ ਵਾਦਾ ਹੈ ਸਾਡਾ ਬਾਬਾ ਹੋ ਹੋ ਪਿੱਛੇ ਪੈਰ ਨਹੀਂ ਪੁੱਟਣਾ ਹੁਣ ਇਹ ਵਾਦਾ ਹੈ ਸਾਡਾ ਬਾਬਾ ਅੱਜ મોદી ਦੀ ਹੱਕ ਤੇ ਚੜ ਤੇਰੇ ਬੱਚੇ ਲਲਕਾਰਨਗੇ ਅੱਜ મોદી ਦੀ ਹੱਕ ਤੇ ਚੜ ਤੇਰੇ ਬੱਚੇ ਲਲਕਾਰਨਗੇ ਨਾਜੀਵਾਦੀ ਸਿਸਟਮ ਵਿੱਚ ਦਮ ਭਰਦੀ ਹੈ ਗੱਲਾਂ ਵੀ ਹਿਟਲਰ ਵਾਲੀਆਂ ਕਰਦੀ ਹੈ ਏਨਾ ਸੋਚੀ ਇੰਚ ਵੀ ਪਿੱਛੇ ਹਟ ਜਾਾਂਗੇ ਓਏ ਮੋਦੀ ਆਵਾਜ਼ੀ ਐਦਰ ਵੀ ਸਿਰ ਤੜਦੀ ਹੈ ਏਨਾ ਸੋਚੀ ਇੰਚ ਵੀ ਪਿੱਛੇ ਹਟ ਜਾਾਂਗੇ ਮੋਦੀ ਆਵਾਜ਼ੀ ਐਦਰ ਵੀ ਸਿਰ ਤੜਦੀ ਹੈ ਦੇਖਣੋਂ ਤਸਵੀਰ ਬਦਲਦੇ ਲੋਕਾਂ ਦੀ ਜੇ ਨਾ ਤੀਲੀ ਰੋਜ਼ ਲਗਾਈ ਭਾਰਤ ਦੇ ਬੇਇਨਸਾਫੀ ਨੇ ਫਿਰ ਇਕੱਠੇ ਕਰ ਦਿੱਤੇ ਹਿੰਦੂ ਮੁਸਲਮ ਸਿੱਖ ਈਸਾਈ ਪਾਰਤ ਦੇ ਦੇ ਇਨਸਾਫੀ ਨੇ ਫਿਰ ਇਕੱਠੇ ਕਰ ਦਿੱਤੇ ਹਿੰਦੂ ਮੁਸਲਮ ਸਿੱਖ ਈਸਾਈ ਪਾਰਤ ਦੇ ਹੁਣ ਦੇਰੀ ਦਾ ਤਖਤ ਉਖਾੜਿਆ ਜਾਵੇਗਾ ਓਏ ਕੱਲਾ ਕੱਲਾ ਵਰਕੇ ਪਾੜਿਆ ਜਾਵੇਗਾ ਹੁਣ ਕੋਈ ਨੇਤਾ ਬੀਜੇਪੀ ਦਾ ਪਿੰਡ ਬੜਿਆ ਉਸੇ ਹੀ ਵੇਲੇ ਲੰਮਾ ਪਾ ਲਿਆ ਜਾਵੇਗਾ ਓਏ ਹੁਣ ਕੋਈ ਨੇਤਾ ਬੀਜੇਪੀ ਦਾ ਪਿੰਡ ਵੜਿਆ ਉਸੇ ਹੀ ਵੇਲੇ ਲੰਮਾ ਪਾ ਲਿਆ ਜਾਵੇਗਾ ਜਿੱਤੇਗਾ ਸੰਗਰਾਮ ਅ ਸਾਡਾ ਵੇਖ ਲਵੀਂ ਝੰਡੇ ਸਾਡੇ ਇਸ ਤਰ੍ਹਾਂ ਹੀ ਝੂਲਣਗੇ ਮੋਦੀ ਆ ਰਾਤਾਂ ਨੂੰ ਉਠੀ ਉਠ ਕੇ ਚੀਕਾ ਮਾਰੇਗਾ ਤੈਨੂੰ ساری ਉਮਰ ਨਾ ਇਹ ਦਿਨ ਭੁੱਲਣਗੇ ਪੂਰਾ ਤਾਣੂ ਉਠੀ ਉਠ ਕੇ ਚੀਕਾਂ ਮਾਰੇਗਾ ਤੈਨੂੰ ساری ਉਮਰ ਨਾ ਇਹ ਦਿਨ ਭੁੱਲਣਗੇ ਫਾਸ਼ੀਵਾਦੀ ਖੂਨ ਪੀਣੀਏ ਜੋਕੇ ਨਹੀਂ ਫਾਸ਼ੀਵਾਦੀ ਖੂਨ ਪੀਣੀਏ ਜੋਕੇ ਨਹੀਂ ਮਾਨਪਤਾ ਦੇ ਰਾਹ ਦੀ ਖੂਨੀ ਜੋਕੇ ਨਹੀਂ ਜਿਹੜੇ ਸਾਡੇ ਰਾਹੀ ਕੈਲਬ ਛਾਉਂਦੀ ਏ ਜਿਹੜੇ ਤੂੰ ਸਾਡੇ ਰਾਹੀ ਕੈਲਬ ਛਾਉਂਦੀ ਏ ਇਹੀ ਜਾਣੇ ਈਵੀਐਮ ਵਿੱਚ ਠੋਕੇ ਨਹੀਂ ਜਿਹੜੇ ਤੂੰ ਸਾਡੇ ਰਾਹੀ ਕੈਲਬ ਛਾਉਂਦੀ ਏ ਇਹੀ ਜਾਣੇ ਈਵੀਐਮ ਵਿੱਚ ਠੋਕੇ ਨਹੀਂ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆ ਜੀ ਅੱਜ 650 ਸਾਲ ਪਹਿਲਾਂ ਸਾਡੇ ਇਸ ਸੱਚੇ ਪਾਤਸ਼ਾਹ ਤੇ ਲਾਗੂ ਕੀਤੇ ਸੀ ਕਿ ਗੰਗਾ ਦੇ ਵਿੱਚ ਨਹਾ ਨਹੀਂ ਸਕਦਾ ਕਾਲਾ ਕਾਨੂੰਨ ਸੀਗਾ ਜੀ ਗੰਗਾ ਦੇ ਵਿੱਚ ਸਾਡੇ ਬਾਬੇ ਦਾਦੇ ਪੜਦਾਦੇ ਨੂੰ ਨਹਾਉਣ ਨਹੀਂ ਦਿੱਤਾ ਜਾਂਦਾ ਸੀ ਦੂਜਾ ਕਾਲਾ ਕਾਨੂੰਨ ਸੀ ਕਿ ਸੰਖ ਨਹੀਂ ਵਜਾ ਸਕਦਾ ਦਲਿਤ ਸ਼ੂਦਰ ਕੋ ਛੋਟੀ ਜਾਤੀ ਦਾ ਇਹ ਕਾਨੂੰਨਨ ਤੌਰ ਤੇ ਜਿਹੜੇ ਅੱਜ ਕਾਨੂੰਨ ਬਣੇ ਨੇ ਇਹ ਉਦੋਂ ਕਾਨੂੰਨ ਬਣੇ ਸੀ ਕਿ ਨਾ ਤਾਂ ਗੰਗਾ ਚ ਨਾ ਸਕਦਾ ਆ ਨਾ ਸਾਡਾ ਦਾਦਾ ਪੜਦਾਦਾ ਸੰਖ ਭਜਾ ਸਕਦਾ ਆ ਅੱਛਾ ਰੱਬ ਦਾ ਨਾਮ ਵੀ ਨਹੀਂ ਲੈ ਸਕਦਾ ਕਾਨੂੰਨ ਦੀ ਸਜ਼ਾ ਕੀ ਸੀ ਆਰਟੀਕਲ ਇਹ ਆਰਟੀਕਲ ਸੀ ਕਿ ਜੇ ਤੂੰ ਸ਼ਬਦ ਗਾਉਂਗਾ ਜਾਂ ਰੱਬ ਦਾ ਨਾਮ ਲਊਗਾ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ ਅੱਜ ਤੋਂ 650 ਸਾਲ ਪਹਿਲਾਂ ਜਾਓ ਜੀਭ ਕੱਟ ਦਿੰਦੀ ਸੀ ਰੱਬ ਦਾ ਨਾਮ ਵੀ ਜੇ ਤੂੰ ਲੈਣਾ ਅੱਛਾ ਜੇ ਸੁਣਨਾ ਆਰਟੀਕਲ ਉਦੋਂ ਦਾ ਆਰਟੀਕਲ ਕੀ ਸੀ ਉਦੋਂ ਦਾ ਕਾਲਾ ਕਾਨੂੰਨ ਕੀ ਸੀ ਜੇ ਤੂੰ ਸ਼ਬਦ ਸੁਣਦਾ ਜਾਂ ਰੱਬ ਦਾ ਨਾਮ ਸੁਣਦਾ ਤਾਂ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਇੱਕ ਹੋਰ ਕਾਲਾ ਕਾਨੂੰਨ ਸੀ ਸਤੀ ਪ੍ਰਥਾ ਜੇ ਕਿਸੇ ਮਟਿਆਰ ਧੀ ਦਾ ਜਾਂ ਭੈਣ ਦਾ ਆਦਮੀ ਮਰ ਜਾਂਦਾ ਸੀ ਤਾਂ ਆਰਟੀਕਲ ਸੀ ਦਾਦੇ ਪੜਦਾਦੇ 650 ਸਾਲ ਪਹਿਲਾਂ ਕਿ ਉਹਨੂੰ ਜਿੰਦੀ ਨੂੰ ਉਹਦੀ ਚਿਖਾ ਦੇ ਵਿੱਚ ਚਿੰਨ ਦਿੱਤਾ ਜਾਂਦਾ ਸੀ ਇੱਕ ਸਭ ਤੋਂ ਗੰਦਾ ਔਰ ਕਨੌਣਾ ਆਰਟੀਕਲ ਸੀ ਸਾਡੀਆਂ ਧੀਆਂ ਸਾਡੀਆਂ ਭੈਣਾਂ ਟੜ ਤੋਂ ਥੱਲੇ ਕੱਪੜਾ ਪਾ ਸਕਦੀਆਂ ਸੀ ਦੋਸਤੋ ਕੌੜਾ ਆ ਪਰ ਸੱਚ ਆ ਮੈਂ ਨਹੀਂ ਕਹਿੰਦਾ ਇਤਿਹਾਸ ਕਹਿੰਦਾ ਆ ਸਾਡੀਆਂ ਭੈਣਾਂ ਆਪਣੇ ਥੜ ਤੋਂ ਥੱਲੇ ਤੱਕ ਕੱਪੜਾ ਪਾ ਸਕਦੀਆਂ ਸੀ ਪਰ ਉੱਤੇ ਨਹੀਂ ਸੀ ਪਾ ਸਕਦੀਆਂ ਅਸੀਂ ਆਰਥਿਕ ਤੌਰ ਤੇ ਵੀ ਗੁਲਾਮ ਸੀ ਅਸੀਂ ਰਾਜਨੀਤਿਕ ਤੌਰ ਤੇ ਵੀ ਗੁਲਾਮ ਸੀ ਅਸੀਂ ਸਮਾਜਿਕ ਤੌਰ ਤੇ ਵੀ ਗੁਲਾਮ ਸੀ ਸਾਡੇ ਦਾਦੇ ਪੜਦਾਦੇ ਨੇ ਜੱਜ ਅੱਜ ਤੁਸੀਂ ਮੈਦਾਨ ਦੇ ਵਿੱਚ ਬੈਠੇ ਹੋ ਸਾਡਾ ਦਾਦਾ ਪੜਦਾਦਾ ਸਾਡਾ ਸੱਚੇ ਪਾਸ਼ਾ ਉਹ ਮਹਾਨ ਰੈਬਰ ਉਸ ਸਮੇਂ ਮੈਦਾਨ ਦੇ ਵਿੱਚ ਆਇਆ ਸੀ ਜਦੋਂ ਗਾਲੀ ਲਾ ਦਿੱਤਾ ਜਾਂਦਾ ਸੀ ਜਦੋਂ ਧੌਣ ਲਾ ਕੇ ਸੱਟ ਦਿੱਤੀ ਜਾਂਦੀ ਸੀ ਅੱਜ ਕਿਤੇ ਪਿੰਡ ਦੇ ਵਿੱਚ ਕਿਸੇ ਵੱਡੇ ਚੌਧਰੀਆਂ ਦੇ ਨਾਲ ਪੰਗਾ ਪੈ ਜਾਵੇ ਲੋਕ ਡਰ ਜਾਂਦੇ ਨਹੀਂ ਯਾਰ ਪੰਗਾ ਨਹੀਂ ਲੈਣਾ ਤਖੜਾ ਬੰਦਾ ਆ ਉਹ ਤੁਸੀਂ ਸੋਚ ਕੇ ਦੇਖੋ ਅੱਜ ਤੋਂ 650 ਸਾਲ ਪਹਿਲਾਂ ਅਲਖ ਦਾ ਨਾਰਾ ਮਾਰਿਆ ਸੀ ਆ ਇੱਕ ਅੰਤਰਾ ਤੇ ਇੱਕ ਸਥਾਈ ਦੇ ਨਾਲ ਮੈਂ ਖਤਮ ਕਰਦਾ ਹਾਂ ਹੁਨਾ ਮੈਂ ਸੰਖਿ ਬਜਾਉਣਾ ਛੱਡਣਾ ਨਾ ਮੈਂ ਗੰਗਾ ਨਾਣਾ ਛੱਡਣਾ ਨਾ ਮੈਂ ਸ਼ੰਖ ਬਜਾਉਣਾ ਛੱਡਣਾ ਨਾ ਮੈਂ ਗੰਗਾ ਨਾਉਣਾ ਛੱਡਣਾ ਹੋ ਨਾ ਮੈਂ ਗੰਗਾ ਨਾਉਣਾ ਛੱਡਣਾ ਨਾ ਮੈਂ ਸ਼ੰਖ ਬਜਾਉਣਾ ਛੱਡਣਾ ਉੱਚੀ ਹੋਰ ਬਜਾਵਾਂਗਾ ਆ ਗਮ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸਾਵਾਂਗਾ ਆ ਗਮ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸਾਵਾਂਗਾ ਆ ਗਮ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸਾਵਾਂਗਾ ਜਿੱਥੇ ਊਚ ਨੀਚ ਦਾ ਫਰਕ ਨਹੀਂ ਇਹੋ ਜਿਹਾ ਰਾਜ ਮੈਂ ਚਾਹੁੰਦਾ ਵਾਂ ਜਿੱਥੇ ਛੋਟ ਬੜੇ ਸਭ ਸਮ ਬਸੇ ਮੈਂ ਸਭਨਾਂ ਨੂੰ ਸਮਝਾਉਂਦਾ ਵਾਂ ਮੇਰੀ ਸਾਰੀ ਜ਼ਿੰਦਗੀ ਲੰਘ ਜਾਵੇ ਪਾਵੇਂ ਸਾਰੀ ਜ਼ਿੰਦਗੀ ਲੰਘ ਜਾਵੇ ਮੈਂ ਗਲੋਂ ਗੁਲਾਮੀ ਲਾਵਾਗਾ ਆ ਗੰਦ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸ ਆਵਾਂਗਾ ਆ ਗੰਮ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸ ਆਵਾਂਗਾ ਗੰਗਾ ਵਿੱਚ ਨਹਾਉਣ ਦਾ ਹੱਕ ਨਹੀਂ ਮੈਂ ਤੜਕੇ ਉੱਠ ਕੇ ਨਹਾਉਂਦਾ ਆ ਗੰਗਾ ਵਿੱਚ ਨਹਾਉਣ ਦਾ ਹੱਕ ਨਹੀਂ ਮੈਂ ਤੜਕੇ ਉੱਠ ਕੇ ਨਹਾਉਂਦਾ ਆ ਇਸੇ ਲਈ ਮੈਨੂੰ ਕਹਿੰਦੇ ਨੇ ਮੈਂ ਗੰਗਾ ਉਲਟ ਵਹਾਉਂਦਾ ਆ ਇਸ ਲਈ ਮੈਨੂੰ ਕਹਿੰਦੇ ਨੇ ਮੈਂ ਗੰਗਾ ਉਲਟ ਬਹੌਂਦਾ ਆ ਮੇਰੀ ਜ਼ਿੰਦਗੀ ਦਾ ਇੱਕ ਮਕਸਦ ਹੈ ਮੇਰੀ ਜ਼ਿੰਦਗੀ ਦਾ ਇੱਕ ਮਕਸਦ ਹੈ ਮੈਂ ਸੁੱਤੀ ਕੌਮ ਜਗਾਵਾਂਗਾ ਆ ਗਮ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸਾਵਾਂਗਾ ਆ ਗਮ ਵਿੱਚ ਬੈਠੇ ਲੋਕਾਂ ਲਈ ਮੈਂ ਬੇਗਮ ਪਰਵਸਾਵਾਂਗਾ ਆ ਗਮ ਵਿੱਚ ਬੈਠੇ ਲੋਕਾਂ ਲਈ मैं बेगम पुरा ब जो बोले सो नृप किसान मजदूर एकता किसान मजदूर एकता इनकलाब बहुत बहुत शुक्रिया